ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਕਮਲਪ੍ਰੀਤ ਸਿੰਘ ਤੇ ਦੋਸਤੋ ਇਹ ਪ੍ਰੋਗਰਾਮ ਹੈ ਕਲਾ ਤੇ ਕਲਾਕਾਰ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜ਼ਿੰਦਗੀ ਇੱਕ ਗੀਤ ਦੀ ਤਰ੍ਹਾਂ ਹੈ ਔਰ ਜ਼ਿੰਦਗੀ ਦਾ ਇਹ ਗੀਤ ਹਰ ਕੋਈ ਗਾਣਾ ਚਾਹੁੰਦਾ ਹੈ ਪਰ ਕਦੇ-ਕਦੇ ਕਿਸੇ ਦਾ ਸੰਗੀਤ ਵਧੀਆ ਹੁੰਦਾ ਹੈ ਔਰ ਕਿਸੇ ਦਾ ਸੰਗੀਤ ਵਧੀਆ ਨਹੀਂ ਹੁੰਦਾ ਦੋਸਤੋ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਜੀਣਾ ਔਰ ਜੀਣ ਦੇ ਲਈ ਜ਼ਰੂਰੀ ਹੈ ਸਾਹ ਜਿਹੜੇ ਇਨਸਾਨ ਨੂੰ ਸਾਹ ਆਉਂਦੇ ਨੇ ਉਨੂੰ ਅਸੀਂ ਜੀਵਤ ਸਮਝਦੇ ਹਾਂ। ਔਰ ਕੁਝ ਇਸੇ ਤਰ੍ਹਾਂ ਦੇ ਗਾਇਕ ਹੁੰਦੇ ਨੇ ਜਿਹੜੇ ਆਪਣੇ ਨਿਤ ਨਵੇਂ ਗੀਤਾਂ ਦੇ ਨਾਲ ਜਾਣੇ ਜਾਂਦੇ ਨੇ। ਜਿਸ ਤਰ੍ਹਾਂ ਸਾਹ ਆਂਦੇ ਜਾਂਦੇ ਨੇ ਉਸ ਤਰ੍ਹਾਂ ਉਹਨਾਂ ਦੇ ਗੀਤ ਆਂਦੇ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਜਾਣਦੇ ਨੇ। ਪਰ ਇਸ ਦੁਨੀਆ ਤੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਦੇ ਗੀਤ ਮਹਿਕ ਦੀ ਤਰ੍ਹਾਂ ਹੁੰਦੇ ਨੇ ਔਰ ਉਹ ਆਪਣੇ ਗੀਤਾਂ ਦੇ ਨਾਲ ਸਾਰੀ ਦੁਨੀਆ ਨੂੰ ਮਹਿਕਾਉਂਦੇ ਨੇ। ਅੱਜ ਸਾਡੇ ਦਰਮਿਆਨ ਇੱਕ ਇਹੋ ਜਿਹਾ ਕਲਾਕਾਰ ਹੈ ਜਿਹੜਾ ਆਪਣੇ ਗੀਤਾਂ ਦੇ ਨਾਲ ਇਸ ਖੂਬਸੂਰਤ ਦੁਨੀਆ ਨੂੰ ਮਹਿਕਾਉਂਦਾ ਰਹਿੰਦਾ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਪੰਜਾਬ ਦੇ ਇੱਕ ਐਸੇ ਨਾਮਵਰ ਗਾਇਕ ਦੇ ਨਾਲ ਜਿਨੇ ਆਪਣੇ ਗੀਤਾਂ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਧੜਕਾਇਆ ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਗਾਇਕ ਕਲਾਕਾਰ ਨਿਰਮਲ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਹੁਣੇ ਗੀਤਾਂ ਦੀ ਜੀ ਗੀਤ ਜਿਹੜੇ ਨੇ ਖਾਸ ਤੌਰ ਦੇ ਉੱਤੇ ਪੰਜਾਬੀ ਗੀਤ ਸੰਗੀਤ ਜਿਹੜਾ ਕਿ ਪੂਰੀ ਦੁਨੀਆ ਨੂੰ ਇਸ ਵਕਤ ਆਪਣੇ ਇੱਕ ਛਾਪ ਛੱਡ ਕੇ ਸਾਰੇ ਕਹ ਲੋ ਕਿ ਜਿੱਦਾਂ ਢੋਲ ਦੇ ਡੱਗੇ ਦੇ ਉੱਤੇ ਨੱਚਦੇ ਜਾ ਰਹੇ ਨੇ ਬਿਲਕੁਲ ਬਿਲਕੁਲ ਔਰ ਪੰਜਾਬੀ ਗੀਤ ਸੰਗੀਤ ਨੇ ਸਾਰੇ ਪੂਰੀ ਦੁਨੀਆ ਦੇ ਜਿਹੜੇ ਗਾਇਕ ਨੇ ਸੰਗੀਤ ਪ੍ਰੇਮੀ ਨੇ ਉਹਦੇ ਧੁੰਮਾ ਮਚਾਈਆਂ ਹੋਈਆਂ ਨੇ ਜੀ ਔਰ ਖਾਸ ਤੌਰ ਤੇ ਅੱਜ ਕੱਲ ਜਿਹੜਾ ਤੁਹਾਡਾ ਗੀਤ ਵੀ ਚੱਲ ਰਿਹਾ ਹੈ ਇੱਕ ਨਸ਼ਾ ਜੀ ਔਰ ਬੜਾ ਖੂਬਸੂਰਤ ਹੈ ਉਹ ਗੀਤ ਹੈ ਔਰ ਆਈ ਟਿਊਨ ਤੇ ਮੈਂ ਸੁਣਿਆ ਕਿ ਉਹਨੇ ਆਂਦੇ ਧੁੰਮਾ ਮਚਾ ਦਿੱਤੀਆਂ ਨੇ ਜੀ ਬਿਲਕੁਲ ਤੇ ਆਓ ਫਿਰ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਉਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਅਜੀਤ ਵੈਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਰੋਤਿਆਂ ਨੂੰ ਪਾਠਕਾਂ ਨੂੰ ਨਿਰਮਲ ਸੁੱਧ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅ ਕਮਲਪੀ ਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਮੇਰੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ ਜੀ ਮੈਂ ਸ਼ਾਇਦ ਇਸ ਤਾਰੀਫ਼ ਦੇ ਕਾਬਲ ਨਹੀਂ ਹੈ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਹਾਂ ਪੰਜਾਬੀ ਮਾਂ ਬੋਲੀ ਦਾ ਮਜ਼ਬੂਤ ਹੈ ਸੋ ਸਬਬ ਬਣਿਆ ਕਿ ਮੈਂ ਸੰਗੀਤ ਸਿੱਖਿਆ ਕਲਾਸਿਕਲ ਸਿੱਖਿਆ ਬਹੁਤ ਦੇਰ 뮤ਜ਼ਿਕ ਟੀਚਿੰਗ ਦੇ ਤੌਰ ਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਮੈਂ ਕੰਮ ਕੀਤਾ ਜੀ ਸੋ ਇੰਨਾ ਕੰਮ ਕਰਕੇ ਬੰਦੇ ਨੂੰ ਇੱਕ ਥੋੜੀ ਜੀ ਸੋਜੀ ਆ ਜਾਣੀ ਲਾਜ਼ਮੀ ਹੈ ਜੀ ਸੋ ਮੈਨੂੰ ਵੀ ਉਹ ਆਈ ਅ ਪੇਛਲੇ ਤੌਰ ਤੇ ਮੈਂ ਇੱਕ ਸੰਗੀਤਕਾਰ ਵੀ ਹਾਂ ਇੱਕ ਲਿਰਿਕਸਟ ਵੀ ਹਾਂ ਮੈਂ ਗੀਤ ਵੀ ਲਿਖਦਾ ਹਾਂ ਔਰ ਮੈਂ ਗਾਉਣਾ ਵੀ ਹਾਂ ਔਰ ਮੇਰੇ ਬੜੇ ਗਾਣੇ ਜਿਹੜੇ ਐ ਰੋਮਾਂਟਿਕ ਵੀ ਸੈਡ ਵੀ ਡਾਂਸਿੰਗ ਵੀ ਜੋਸ਼ੀਲੇ ਵੀ ਹਰ ਤਰ੍ਹਾਂ ਦੇ ਗਾਣੇ ਹੁੰਦੇ ਆ ਪਰ ਮੈਂ ਸਮਝਦਾ ਕਿ ਇਹਦੇ ਨਾਲ ਨਾਲ ਮੈਂ ਇੱਕ ਇਨਸਾਨ ਵੀ ਹਾਂ ਇੱਕ ਆਮ ਇਨਸਾਨ ਆਮ ਆਦਮੀ ਸੋ ਮੇਰਾ ਫਰਜ਼ ਬਣਦਾ ਕਿ ਮੈਂ ਕੁਝ ਉਹ ਕੰਮ ਕਰਾਂ ਜੋ ਆਮ ਲੋਕਾਂ ਦੇ ਨਾਲ ਜੋ ਵਾਪਰਦਾ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਵਾਂ ਜੀ ਸੋ ਮੇਰੀ ਇਹ ਬੜੇ ਚਿਰ ਤੋਂ ਹੀ ਇਦਾਂ ਦੀ ਕੋਸ਼ਿਸ਼ ਰਹੀ ਹੈ ਤੇ ਮੈਂ ਬੜੀਆਂ ਕੋਸ਼ਿਸ਼ਾਂ ਇਦਾਂ ਦੀਆਂ ਕੀਤੀਆਂ ਮੈਂ ਇਸ ਤਰ੍ਹਾਂ ਦੀ ਬਹੁਤ ਗਾਣੇ ਕੀਤੇ ਬਟ ਇਹ ਕੁਝ ਪਿਛਲੇ ਦਿਨੀ ਇੱਕ ਜਿਹੜਾ ਮੇਰਾ ਟਰੈਕ ਨਸ਼ੇ ਲਾਂਚ ਹੋਇਆ ਹੈ ਇਸ ਗਾਣੇ ਦੇ ਬਾਰੇ ਮੈਂ ਲਾਜ਼ਮੀ ਦੱਸਣਾ ਚਾਹੂੰਗਾ ਕਿ ਮੈਂ ਇੰਗਲੈਂਡ 'ਚ ਜ਼ਿਆਦਾ ਦੇਰ ਪਿਛਲੇ 10-12 ਸਾਲ ਤੋਂ ਮੈਂ ਰਹਿੰਦਾ ਰਿਹਾ ਹਾਂ ਜੀ ਇੰਗਲੈਂਡ ਦੇ ਵਿੱਚ ਵੀ ਲੋਕੀ ਕਹਿੰਦੇ ਪੰਜਾਬ 'ਚ ਬਹੁਤ ਜ਼ਿਆਦਾ ਨਸ਼ੇ ਹੈ ਮੈਂ ਸਮਝਦਾ ਕਿ ਨਸ਼ੇ ਕਰਨ ਵਾਲੀ ਪੂਰੀ ਦੁਨੀਆ ਦੇ ਵਿੱਚ ਹੀ ਬਹੁਤ ਹੈ ਹਮ ਨਸ਼ਾ ਹਰ ਜਗ੍ਹਾ ਤੇ ਹੁੰਦਾ ਹੈ ਜੀ ਸਾਡੇ ਥੋੜਾ ਜਿਹਾ ਪ੍ਰੋਪਾਗੈਂਡਾ ਜਿਹੜਾ ਜ਼ਿਆਦਾ ਲੋਕ ਕਰਦੇ ਆ ਅਸੀਂ ਸਾਰੇ ਨਸ਼ਾ ਕਰਦੇ ਆ ਲੇਕਿਨ ਦੂਜਿਆਂ ਦੇ ਬਾਰੇ ਚਿਕੜ ਜਿਹਾ ਜ਼ਿਆਦਾ ਉਛਾਲਦੇ ਆ ਜੀ ਯੂਕੇ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸੈਕਸ਼ੂਅਲ ਹਰਾਸਮੈਂਟ ਉੱਥੇ ਜਿਹੜੀਆਂ ਲੜਕੀਆਂ ਲੜਕੀਆਂ ਨੂੰ ਇਹ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਪ੍ਰੋਬਲਮ ਆਉਂਦੀ ਹੈ ਕਿ ਹੋਰ ਕੁਝ ਲੋਕ ਹੈ ਜਿਹੜੇ ਲੜਕੀਆਂ ਨੂੰ ਸਿੱਖ ਲੜਕੀਆਂ ਨੂੰ ਹਿੰਦੀ ਲੜਕੀਆਂ ਨੂੰ ਜਿਹੜਾ ਗੁਮਰਾਹ ਕਰਕੇ ਉਹਨਾਂ ਨੂੰ ਵਰਗਲਾ ਕੇ ਨਸ਼ੇ 'ਚ ਤੱਕਦੇ ਨੇ ਜਾਂ ਗਲਤ ਕੰਮਾਂ ਲਈ ਪਰੇ ਰਦੇ ਨੇ ਜੀ ਸੋ ਉੱਥੇ ਇੱਕ ਬਹੁਤ ਵੱਡੀ ਸਮੱਸਿਆ ਯੂਕੇ ਕੈਨੇਡਾ ਅਮਰੀਕਾ ਦੇ ਵਿੱਚ ਸੋ ਕੁਝ ਮੁੰਡੇ ਸੀ ਜਿਹੜੇ ਨਸ਼ਈ ਸੀ ਹਮਮ ਔਰ ਉਹ ਬਹੁਤ ਨਸ਼ਾ ਕਰਦੇ ਸੀ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਹੀ ਦੇ ਦਿੱਤਾ ਸੀ ਇੱਕ ਤਰ੍ਹਾਂ ਦਾ ਕਿ ਤੁਸੀਂ ਜ਼ਿਆਦਾ ਦੇਰ ਤੱਕ ਜਿਉ ਨਹੀਂ ਸਕਦੇ ਲੇਕਿਨ ਉਹਨਾਂ ਮੁੰਡਿਆਂ ਨੇ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਕੁਝ ਲੋਕਾਂ ਦਾ ਪ੍ਰਵਚਨ ਸੁਣੇ ਸੰਤਾਂ ਦੇ ਪ੍ਰਵਚਨ ਸੁਣੇ ਤਾਂ ਦੋ ਚਾਰ ਮੁੰਡਿਆਂ ਨੇ ਆਪਣੀ ਲਾਈਫ ਬਦਲ ਲਈ ਜੀ ਉਸ ਤੋਂ ਬਾਅਦ ਹੌਲੀ ਹੌਲੀ ਅੱਜ ਦੀ ਡੇਟ ਦੇ ਵਿੱਚ 100 ਦੇ ਕਰੀਬ ਹੁਣ 100 ਤੋਂ ਵੀ ਜ਼ਿਆਦਾ ਕਰੋਸ ਹੋ ਚੁੱਕੇ ਆ ਮੁੰਡਾ ਤੇ ਕੁੜੀ ਆ ਜਿਹੜੇ ਸਾਰੇ ਡਰਗੀ ਸੀਗੇ ਉਹਨਾਂ ਨੇ ਅੰਮ੍ਰਿਤ ਛਕਿਆ ਸਾਰੇ ਦੀਆਂ ਕਿਰਪਾਆਂ ਪਾਈਆਂ ਸਾਰੇ ਸਾਰੇ ਕੰਮ ਕਰਦੇ ਆ ਜੌਬਾਂ ਕਰਦੇ ਨੇ ਬੜੀਆਂ ਅੱਛੇ-ਅੱਛੇ ਜੌਬਾਂ ਕਰਦੇ ਆ ਉਹ ਬੰਦਿਆਂ ਨੇ ਇੱਕ ਤਹਈਆ ਕੀਤਾ ਇੱਕ ਦਿਲ ਦੇ ਵਿੱਚ ਠਾਣੀ ਹੈ ਕਿ ਅਸੀਂ ਸਾਡੇ ਸਿੱਖ ਕੌਮ ਜਾਂ Hindu ਕਮਿਊਨਿਟੀ ਜਿਹੜੇ ਵੀ ਸਾਡੇ ਇੰਡੀਅਨ ਬੱਚੇ ਆ ਉਹਨਾਂ ਨੂੰ ਅਸੀਂ ਨਸ਼ੇ ਚੋਂ ਕੱਢਣਾ ਸੋ ਉਹ ਬੜੀ ਕੋਸ਼ਿਸ਼ ਕਰ ਰਹੇ ਆ ਸੋ ਮੇਰਾ 2 ਸਾਲ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੋਈ ਸੀਗੀ ਔਰ ਜਦੋਂ ਮੈਂ ਉਹਨਾਂ ਦੀ ਸੋਚ ਨੂੰ ਜਾਣਿਆ ਤੇ ਮੈਨੂੰ ਚੰਗਾ ਲੱਗਾ ਕਿ ਮੈਨੂੰ ਵੀ ਇਸ ਸੋਚ ਦਾ 파ਟ ਬਣਨਾ ਚਾਹੀਦਾ ਕਿਉਂਕਿ ਮੇਰੀ ਵੀ ਸੋਚ ਹੀ ਹੈ ਜੀ ਸੋ ਮੈਂ ਉਹਨਾਂ ਲਈ ਇੱਕ ਫੇਸਬੁੱਕ ਤੇ ਜਸਟ ਸ਼ਾਰਟ ਆਊਟ ਕੀਤਾ ਸੀਗਾ 30 30 ਸਕੰਡ 40 ਸਕੰਡ ਦਾ ਉਹਦਾ ਪ੍ਰਭਾਵ ਬਹੁਤ ਲੋਕਾਂ ਦੇ ਪਿਆ ਲੋਕ ਬਹੁਤ ਜੁੜੇ ਔਰ ਹੁਣ ਅਸੀਂ ਇਹ ਜਿਹੜਾ ਗੀਤ ਨਸ਼ੇ ਉਹ ਬਣਾਇਆ ਔਰ ਇਹ ਗਾਣਾ ਜਿਸ ਦਿਨ ਲੌਂਚ ਹੋਇਆ ਸੀਗਾ ਰਾਤ ਦੇ 12 ਵਜੇ ਆਈਟਿਊਨ ਤੇ ਗਾਣਾ ਆਉਂਦਾ ਤੇ ਸਵੇਰੇ ਮਤਲਬ 10 ਵਜੇ ਤੱਕ ਹੀ ਇਹ ਗਾਣਾ ਜਿਹੜਾ ਨੰਬਰ 4 ਤੇ ਆਈਟਿਊਨ 4 ਤੇ ਗਾਣਾ ਹੋ ਗਿਆ ਸੀ ਔਰ ਬੀਬੀ ਸੀ ਨੇ ਇਸ ਗਾਣੇ ਨੂੰ ਬਹੁਤ ਪ੍ਰਮੋਟ ਕੀਤਾ ਜੀ ਔਰ ਇਹ ਤੇ ਕੁਝ ਚੱਲਣਾ ਨਹੀਂ ਇਸ ਗਾਣੇ ਨੂੰ ਚਲਾਉਣ ਤੋਂ ਮਨਾ ਇਸ ਕਰਕੇ ਕਰ ਦਿੱਤਾ ਕਿ ਉਹ ਨਹੀਂ ਚਾਹੁੰਦੇ ਕਿ ਇਦਾਂ ਜੋ ਚੀਜ਼ਾਂ ਅਸੀਂ ਦਿਖਾ ਰਹੇ ਹਾਂ ਵੀ ਇਹ ਸਾਡੇ ਸਮਾਜ 'ਚ ਹੈਗੀਆਂ ਜਾਂ ਨਹੀਂ ਹੈਗੀਆਂ ਇੱਕ ਚਰਚਾ ਦਾ ਵਿਸ਼ਾ ਹੈ ਸੋ ਮੈਂ ਸਮਝਦਾ ਕਿ ਮੇਰੀ ਕੋਸ਼ਿਸ਼ ਸਦਾ ਹੀ ਇਦਾਂ ਰਹੀ ਹੈ ਕਿ ਜਿੱਥੇ ਅਸੀਂ ਗਾਣੇ ਗਾਉਨੇ ਆ ਲੋਕਾਂ ਨੂੰ ਨੱਚਣ ਲਈ ਮਜਬੂਰ ਕਰਦੇ ਆ ਲੋਕਾਂ ਨੂੰ ਸੌਣੇ ਇਹ ਵੀ ਇੱਕ ਕਲਚਰ ਹੈ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਬਟ ਸਾਡਾ ਫਰਜ਼ ਇਹ ਵੀ ਬਣਦਾ ਹੈ ਕਿ ਅਗਰ ਨਰਮਨ ਸਿੱਧੂ ਨੂੰ ਲੱਖਾਂ ਕਰੋੜਾ ਲੋਕ ਜਾਣਦੇ ਆ ਤੇ ਮੈਂ ਕੋਸ਼ਿਸ਼ ਕਰਾਂ ਕਿ ਮੈਂ ਜਦੋਂ ਕੋਈ ਚੀਜ਼ ਕਰੂੰਗਾ ਤੇ ਉਹ ਲੱਖਾਂ ਕਰੋੜਾਂ ਤੱਕ ਉਹ ਚੀਜ਼ ਜਾਵੇ ਔਰ ਇਹਦਾ ਵੀਡੀਓ ਜਿਹੜਾ ਮੇਰੇ ਬੇਟੇ ਨਵ ਸਿੱਧੂ ਤੇ ਰੋਬਿੰਸਨ ਨੇ ਡਸਟਿਕ ਫਿਲਮ ਦੇ ਵਿੱਚ ਔਰ ਦੀ ਪਾਰਟੀ ਨੇ ਇੰਡੀਆ ਦੇ ਵਿੱਚ ਕੀਤਾ ਨਵੀ ਸਿੰਘ ਨੇ ਇਹਦਾ ਮਿਊਜ਼ਿਕ ਕੀਤਾ ਔਰ ਮੈਂ ਇਹ ਗਾਣਾ ਗਾਇਆ ਔਰ ਮੈਂ ਆਪਣੇ ਆਪ ਨੂੰ ਬਹੁਤ ਭੱਗਾ ਵਾਲਾ ਸਮਝਦਾ ਕਿ ਇਤਾਂ ਦਾ ਜਿਹੜਾ ਕੰਮ ਹੈ ਮੈਨੂੰ ਕਰਨ ਲਈ ਮਿਲਿਆ ਬਹੁਤ ਖੂਬ ਸਿੱਧੂ ਸਾਹਿਬ ਐਸੇ ਜਿਹੜੀ ਗੱਲ ਤੋਂ ਤੁਸੀਂ ਆਪਣੀ ਗੱਲਬਾਤ ਦਾ ਆਗਾਜ਼ ਕੀਤਾ ਸੀ ਸ਼ੁਰੂਆਤ ਕੀਤਾ ਸੀ ਕਹਿੰਦੇ ਆ ਕਿ ਵੀ ਜਿਹੜੇ ਰੁੱਖ ਨੀਵੇਂ ਹੁੰਦੇ ਨੇ ਨਾ ਫਲ ਉਹਨਾਂ ਨੂੰ ਹੀ ਲੱਗਦੇ ਨੇ ਸੋ ਤੁਸੀਂ ਇਹ ਸਾਰੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੋ ਤੁਸੀਂ ਡਿਜ਼ਰਵ ਕਰਦੇ ਹੋ ਔਰ ਤੁਸੀਂ ਸੰਨ 1987 ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ 1987 ਤੋਂ ਤੁਸੀਂ ਜਦੋਂ 뮤직 ਦੀ ਐਮਏ ਕੀਤੀ ਔਰ ਉਸ ਤੋਂ ਬਾਅਦ ਸੰਗੀਤ ਦੇ ਨਾਲ ਤੁਸੀਂ ਐਜ਼ ਅ ਪ੍ਰੋਫੈਸ਼ਨਲ ਵੀ ਔਰ ਰੂ ਤੱਕ ਤੁਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਸੀਗੇ ਤੇ ਹੁਣ ਇੰਨਾ ਖੂਬਸੂਰਤ ਤੁਸੀਂ ਗੀਤ ਜਿਹੜਾ ਏ ਲਿਆਂਦਾ ਔਰ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਐਲਬਮਸ ਔਰ ਬਹੁਤ ਸਾਰੇ ਗੀਤ ਜਿਹੜੇ ਆ ਉਹ ਪੰਜਾਬੀ ਲੋਕਾਂ ਨੂੰ ਦਿੱਤੇ ਨੇ ਸਭਿਆਚਾਰ ਨੂੰ ਸਾਡੇ ਦਿੱਤੇ ਨੇ ਸੋ ਇਸ ਵੇਲੇ ਜੇਕਰ ਤੁਸੀਂ ਉਹ ਗੀਤ ਜਿਹਦੀ ਆਪਾਂ ਚਰਚਾ ਕਰ ਰਹੇ ਆ ਗੁਰਗੁਨਾ ਦਿਓ ਤਾਂ ਮੇਰੇ ਖਿਆਲ ਨਾਲ ਸਾਡੇ ਸਾਰੇ ਦਰਸ਼ਕ ਉਹਦਾ ਆਨੰਦ ਜ਼ਰੂਰ ਲੈਣਗੇ ਜੀ ਨਸ਼ਿਆਂ ਨੇ ਖਾਲੀਆਂ ਜਵਾਨੀਆਂ ਤੇ ਮਿੱਟੀ ਵਿੱਚ ਰੁਲ ਗਏ ਨੇ ਚਾ ਨਸ਼ਿਆਂ ਨੇ ਖਾਲੀਆਂ ਜਵਾਨੀਆਂ ਤੇ ਮਿੱਟੀ ਵਿੱਚ ਰੁੜ ਗਏ ਨੇ ਚਾ ਹਾਏ ਦੋਸਤੋ ਘਰਾਂ ਨੂੰ ਅੱਜ ਮੁੜ ਕੇ ਵੀਰ ਨੂੰ ਘਰਾਂ ਨੂੰ ਅੱਜ ਮੁੜ ਕੇ ਬੇਰੇ ਦੋਸਤੋ ਘਰਾਂ ਨੂੰ ਅੱਜ ਮੁੜ ਕੇ ਕਾ ਨੂੰ ਤੁਸੀਂ ਪੈਗੇ ਪੁੱਠੇ ਰਾ ਹਾਏ ਨਸ਼ਿਆਂ ਨੇ ਖਾਲੀਆਂ ਜਵਾਨੀਆਂ ਤੇ ਮਿੱਟੀ ਵਿੱਚ ਰੁਲ ਗਏ ਨੀਚਾ ਹਏ ਵਾਸੀ ਦੋਸਤ ਬਹੁਤ ਖੂਬ ਜਿੰਨੀ ਦਿਲ ਨੂੰ ਟੁੰਬਦੀ ਹੋਈ ਤੁਹਾਡੀ ਆਵਾਜ਼ ਹੈ ਔਰ ਉਹਨੇ ਹੀ ਖੂਬਸੂਰਤ ਇਸ ਗੀਤ ਦੇ ਬੋਲ ਸੀ ਔਰ ਵਾਕਈ ਜਿਹੜੀ ਕਹਿੰਦੇ ਆ ਕਿ ਸਮੇਂ ਦੀ ਮੰਗ ਦੇ ਅਨੁਸਾਰ ਜੇਕਰ ਅਸੀਂ ਕੁਝ ਜਿਹੜੇ ਕਲਾਕਾਰ ਨੇ ਉਹ ਕੰਮ ਨਾ ਕਰਨ ਤਾਂ ਉਹ ਆਪਣੀ ਕਲਾ ਦੇ ਨਾਲ ਜਿਹੜਾ ਉਹ ਸਹੀ ਤਰ੍ਹਾਂ ਦਾ ਵਿਹਾਰ ਨਹੀਂ ਕਰਦੇ ਸੋ ਇਸ ਵੇਲੇ ਵਕਤ ਦੀ ਜ਼ਰੂਰਤ ਹੈ ਸਮੇਂ ਦੀ ਜ਼ਰੂਰਤ ਹੈ ਕਿ ਜਿਹੜੀ ਦਿਸ਼ਾ ਦੇ ਵੱਲ ਸਾਡਾ ਪੰਜਾਬ ਵਗਦਾ ਜਾ ਰਿਹਾ ਉਹਨੂੰ ਇੱਕ ਵੱਖਰੀ ਦਿਸ਼ਾ ਦੇਣ ਦੀ ਜ਼ਰੂਰਤ ਹੈ ਕਿਉਂਕਿ એનર્ਜੀ ਉਨੀ ਹੈ ਲੇਕਿਨ ਇਹ ਜਿਹੜੀ ਤਾਕਤ ਹੈ ਇਹ ਜਿਹੜੀ એનર્ਜੀ ਹੈ ਉਹ ਕਿਸੇ ਹੋਰ ਰਸਤੇ ਪਾਈ ਜਾ ਰਹੀ ਹੈ ਮੋੜੀ ਜਾ ਰਹੀ ਹੈ ਸੋ ਇਹ ਜਿਹੜਾ ਨਸ਼ਿਆਂ ਦਾ ਛੇਵਾ ਦਰਿਆ ਇੱਥੇ ਪੰਜਾਬ ਦੇ ਵਿੱਚ ਵਗਣ ਦੀ ਜਿਹੜੀ ਗੱਲ ਚਰਚਾ ਦਾ ਵਿਸ਼ਾ ਹਮੇਸ਼ਾ ਰਹਿੰਦੀ ਹੈ ਬਣੀ ਰਹਿੰਦੀ ਹੈ ਸੋ ਨੌਜਵਾਨਾਂ ਨੂੰ ਇਸ ਚੀਜ਼ ਵੱਲ ਪ੍ਰੇਰਿਤ ਕਰਨਾ ਕਲਾਕਾਰਾਂ ਦੀ ਜ਼ਿੰਮੇਵਾਰੀ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਇਹਦੇ ਬਾਰੇ ਤੇ ਮੈਂ ਤੇ ਪ੍ਰੈਕਟੀਕਲ ਕਰਕੇ ਦਿਖਾਤਾ ਜੀ ਮੈਂ ਕਮਰਸ਼ੀਅਲ ਯੋਗ ਦੇ ਵਿੱਚ ਸਾਰੇ ਲੋਕ ਪੈਸੇ ਦੀ ਖਾਤਰ ਕੰਮ ਕਰਦੇ ਨੇ ਲੇਕਿਨ ਮੈਂ ਮੈਂ ਸਮਝਦਾ ਕਿ ਕੱਲਾ ਪੈਸਾ ਹੀ ਨਹੀਂ ਸਾਨੂੰ ਚਾਹੀਦਾ ਸੋ ਇਹ ਜਿਹੜਾ ਗਾਣਾ ਹੈ ਇਹ ਗਾਣਾ ਤੁਸੀਂ ਦੇਖੋ ਮੈਂ ਅਜੀਤ ਵੈਬ ਟੀਵੀ ਰਾਈ ਵੀ ਮਤਲਬ ਰਿਕੁਐਸਟ ਕਰੂੰਗਾ ਜਿੰਨੇ ਵੀ ਲੋਕ ਪਾਟਕ ਨੇ ਸਾਡੇ ਪੇਪਰ ਵੀ ਪੜ੍ਹਦੇ ਨੇ ਔਰ ਪੂਰੇ ਵਰਡ ਦੇ ਵਿੱਚ ਟੀਵੀ ਵੀ ਦੇਖਿਆ ਜਾਂਦਾ ਸੋ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਔਰ ਜੇ ਜਿਸ ਤਰ੍ਹਾਂ ਮੈਂ ਇਹ ਗਾਣਾ ਜਦੋਂ ਗਾਉਣਾ ਤੇ ਨੈਚਰਲ ਪਿੱਛੇ ਮੈਂ ਇੱਕ ਆਪਣੇ ਪਿੰਡ ਤੇ ਗਾਣਾ ਗਾਇਆ ਸੀਗਾ ਜੀ ਵਸਦੀਆਂ ਰਹਿਣ ਮੇਰੇ ਪਿੰਟਾਂ ਨੇ ਦੀਆਂ ਗਲੀਆਂ ਤੇ ਉਹ ਗਾਣਾ ਜਦੋਂ ਮੈਂ ਗਾਇਆ ਸੀ ਤਾਂ ਉਸ ਤੋਂ ਬਾਅਦ ਮੈਨੂੰ ਕਾਫੀ ਗਾਣੇ ਸੁਣਨ ਨੂੰ ਮਿਲੇ ਕਿ ਸਾਰੇ ਆਰਟਿਸਟਾਂ ਨੇ ਆਪਣੇ ਪਿੰਡ ਦੀ ਗੱਲ ਕੀਤੀ ਹੈ ਆਪਣੇ ਪਿੰਡ ਦੇ ਗਾਣੇ ਬਣਾਏ ਹੈ ਤੇ ਇਹ ਇੱਕ ਪ੍ਰਤ ਪੈਂਦੀ ਹੈ ਜਦੋਂ ਕੋਈ ਇੱਕ ਬੰਦਾ ਸੀਨੀਅਰ ਬੰਦਾ ਜਦੋਂ ਕੋਈ ਗੱਲ ਕਰਦਾ ਤੇ ਬਾਕੀ ਦੇ ਆਰਟਿਸਟਾਂ ਦੇ ਵਿੱਚ ਵੀ ਉਹ ਚੀਜ਼ ਦੀ ਪ੍ਰਤ ਪੈਂਦੀ ਹੈ ਸੋ ਮੈਂ ਸਮਝਦਾ ਕਿ ਇਹ ਗਾਣਾ ਜਿਹੜਾ ਹੈਗਾ ਇਸ ਗਾਣੇ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਗਾਣੇ ਜਿਹੜੇ ਆ ਲੋਕੀ ਆਰਟਿਸਟ ਲੈ ਕੇ ਆਉਣਗੇ ਔਰ ਲੈ ਕੇ ਆਉਣਾ ਚਾਹੀਦਾ ਸਾਰਿਆਂ ਦਾ ਫਰਜ਼ ਬਣਦਾ ਹੈ ਬਿਲਕੁਲ ਸਿੱਧੂ ਸਾਹਿਬ ਤੁਸੀਂ ਬਹੁਤ ਸਾਰੇ ਕਲਾਕਾਰਾਂ ਦੇ ਵਿੱਚ ਆਪ ਦੇ ਵਿੱਚ ਵੀ ਬਹੁਤ ਸਾਰਾ ਕੰਮ ਕੀਤਾ ਔਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਕਾਫੀ ਕੰਮ ਕੀਤਾ। ਸੋ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਵਿਦੇਸ਼ਾਂ ਦੇ ਵਿੱਚ ਔਰ ਉੱਥੇ ਜਾ ਕੇ ਜਿਹੜੀ ਸਾਡੇ ਪੰਜਾਬ ਪ੍ਰਤੀ ਲੋਕਾਂ ਦੀ ਕੀ ਸੋਚ ਹੈ ਜਾਂ ਉੱਥੋਂ ਦੇ ਪੰਜਾਬੀਆਂ ਦੀ ਸੋਚ ਤੇ ਇੱਥੋਂ ਦੇ ਪੰਜਾਬੀਆਂ ਦੀ ਸੋਚ ਵਿੱਚ ਕਿੰਨਾ ਕੁ ਫਰਕ ਆ ਜਾਂਦਾ ਹੈ? ਦੇਖੋ ਜੀ ਪੰਜਾਬੀ ਤੇ ਪੰਜਾਬੀ ਰਹਿੰਦੇ ਨੇ ਚਾਹੇ ਜਿੱਥੇ ਮਰਜੀ ਚਲੇ ਹੈ ਨਾ ਬਲੱਡ ਜਿਹੜਾ ਪੰਜਾਬੀਆਂ ਦਾ ਜਿਹੜਾ ਬਲੱਡ ਹੈ ਨਾ ਉਹ ਬਲੱਡ ਦੇ ਵਿੱਚ ਹੀ ਕੁਝ ਐਸੀ ਤਾਕਤ ਭਰੀ ਹੈ ਸਾਡੇ ਗੁਰੂਆਂ ਪੀਰਾਂ ਪਕੰਬਰਾਂ ਨੇ ਜੀ ਤੇ ਇਹ ਪੰਜਾਬੀ ਇਸ ਤਰ੍ਹਾਂ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਜਦੋਂ ਆਪਣੇ ਕੋਲੇ ਦੇਖੋ ਜਦੋਂ ਪਿਆਜ਼ ਆਉਂਦੇ ਨਾ ਅੱਜ ਕੱਲ ਪਿਆਜ਼ 10 ਰੁਪਏ ਕਿਲੋ ਵਿਕਦੇ ਆ ਤੇ ਅਕਤੂਬਰ ਐਂਡ ਤੱਕ ਇਹ 80 ਰੁਪਏ ਕਿਲੋ ਵਿਕਣੇ ਆ ਹਾਂ ਹਾਂ ਕਿਉਂਕਿ ਸਟੋਰੇਜ ਹੋ ਜਾਣੀ ਹੈ ਹੁਣ ਬਹੁਤ ਜ਼ਿਆਦਾ ਟਰਾਲੀਆਂ ਭਰੀਆਂ ਫਿਰਦੀਆਂ ਟਰੈਕਟਰ ਭਰੀਆਂ ਫਿਰਦੀਆਂ ਉਦੋਂ ਮਿਲਦੇ ਨਹੀਂਗੇ ਜੀ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਜੀ ਉਦੋਂ ਉਹ ਚੀਜ਼ ਦੀ ਕੀਮਤ ਘਟ ਜਾਂਦੀ ਹੈ ਜਦੋਂ ਸਿਲੈਕਟਡ ਚੀਜ਼ ਹੁੰਦੀ ਹੈ ਜਾਂ ਚੰਗੇ ਤਰੀਕੇ ਨਾਲ ਪ੍ਰੈਜੈਂਟੇਸ਼ਨ ਕਰਕੇ ਚੀਜ਼ ਵੇਚੀ ਜਾਂਦੀ ਦਿਖਾਈ ਜਾਂਦੀ ਹੈ ਤੇ ਉਹਦੀ ਕੀਮਤ ਜਿਹੜੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ ਸੋ ਮੈਂ ਸਮਝਦਾ ਕਿ ਅੱਜ ਜਿਹੜੇ ਮਤਲਬ ਕਲਾਕਾਰ ਆ ਰਹੇ ਨੇ ਜ਼ਿਆਦਾਤਰ ਜਿਹੜੇ ਮੁੰਡੇ ਆ ਰਹੇ ਆ ਉਹ ਸਿਰਫ ਪੈਸੇ ਨੂੰ ਮੁਖਰਾ ਕੇ ਕਿ ਮੇਰੇ ਕੋਲ ਪੈਸਾ ਹੈ ਮੈਂ ਪੈਸਾ ਲਾ ਕੇ ਆਪਣੇ ਆਪ ਨੂੰ ਮਾਰਕੀਟ ਚ ਲੈ ਕੇ ਆਉਂਗਾ ਉਹ ਆਪਣੇ ਆਪ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰਦੇ ਆ ਬਟ ਮੈਂ ਸਮਝਦਾ ਕਿ ਜਿਹੜਾ 뮤직 ਹੈ ਬੇਸਿਕਲੀ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ 뮤직 ਹੈ ਨਾ 뮤직 ਦੇਖਣ ਵਾਲੀ ਚੀਜ਼ ਨਹੀਂ ਹੈਗਾ ਜੀ 뮤직 ਦਾ ਸਬੰਧ ਦਿਲ ਦੇ ਨਾਲ ਹੈ ਰੂਹ ਦੇ ਨਾਲ ਹੈ ਬਿਲਕੁਲ ਅੰਤਰਾਤਮਾ ਦੇ ਨਾਲ ਦਿਲ ਦਾ ਇਹ ਇਹਦਾ ਸਬੰਧ ਹੈ ਸੰਗੀਤ ਦਾ ਸਬੰਧ ਵੀਡੀਓ ਜਿਹੜਾ ਹੁੰਦਾ ਹੈ ਵੀਡੀਓ ਫਿਲਮਾਂ ਸੀ ਬਹੁਤ ਦੇਖਦੀਆਂ ਫਿਲਮਾਂ ਦੇਖਦੀਆਂ ਫਿਲਮ ਕੋਈ ਫਿਲਮ ਹੁੰਦੀ ਹੈ ਜਿਹੜੀ ਸਾਨੂੰ ਯਾਦ ਰਹਿੰਦੀ ਹੈ ਲੇਕਿਨ ਸੰਗੀਤ ਜਿਹੜਾ ਹੈ ਸੰਗੀਤ ਬੰਦੇ ਨੂੰ ਮਰਨ ਤੱਕ ਸੰਗੀਤ ਬੰਦੇ ਦੇ ਨਾਲ ਜਾਂਦਾ ਹੈ ਬਹੁਤ ਕੋਲ ਅਸੀਂ ਸਵੇਰੇ ਸੂਬਾ ਉੱਠਦੇ ਹਾਂ ਉੱਠਣਸਾਰ ਸੰਗੀਤ ਜਿਹੜਾ ਸ਼ੁਰੂ ਹੋ ਜਾਂਦਾ ਹੈ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜਾ ਸੰਗੀਤ ਦੇ ਜਿੱਦਾਂ ਸੀ ਕਹਦੀਏ ਨਾ ਵੀ ਅਸੀਂ ਇਕੱਲੇ ਸਵਾਸ ਜਿਹੜੇ ਲੈਨੇ ਆਂ ਅਕਲੀ ਹਵਾ ਦੇ ਆਕਸੀਜਨ ਨਾਲ ਬੰਦਾ ਨਹੀਂ ਜਿਉਂਦਾ ਬੰਦਾ ਮਿਊਜ਼ਿਕ ਨਾਲ ਵੀ ਜਿਉਂਦਾ ਹੈ। ਕੀ ਬਾਤ ਹੈ। ਹਰ ਚੀਜ਼ ਦੇ ਵਿੱਚ ਮਿਊਜ਼ਿਕ ਹੈ ਇਹ ਜਿਹੜੀ ਜਿਹੜੀ ਪ੍ਰਕਿਰਤੀ ਹੈ ਮਿਊਜ਼ਿਕ ਤੇ ਚੱਲਦੀ ਹੈ ਬੀਟ ਤੇ ਚੱਲਦੀ ਹੈ। ਜਦੋਂ ਬੀਟ ਥੋੜੀ ਟੁੱਟ ਜਾਂਦੀ ਹੈ ਤੇ ਉਦੋਂ ਪਰਲੋ ਆ ਜਾਂਦੀ ਹੈ। ਸਹੀ ਗੀਤ ਤਾਂ ਇਨਸਾਨ ਵਾਸਤੇ ਹੈ ਨਾ। ਮੈਂ ਸਮਝਦਾ ਕਿ ਸੰਗੀਤ ਨੂੰ ਗੁਰੂ ਮੰਨ ਕੇ ਰੱਬਰ ਮੰਨ ਕੇ ਪੀਰ ਮੰਨ ਕੇ ਫਕੀਰ ਮੰਨ ਕੇ ਅਗਰ ਆਪਾਂ ਸੰਗੀਤ ਦੀ ਪੂਜਾ ਕਰਦੇ ਹਾਂ ਰੋਟੀ ਤਾਂ ਪੱਥਰਾਂ 'ਚ ਵੀ ਮਿਲਦੀ ਹੈ। ਪੱਥਰਾਂ 'ਚ ਵੀ ਕੀੜੇ ਖਾਂਦੇ ਆ। ਪਤਾਲ ਦੇ ਵਿੱਚ ਵੀ ਪਸ਼ੂ ਪੰਛੀ ਜਿਹੜੇ ਰੋਟੀ ਖਾਂਦੇ ਰੋਟੀ ਤਾਂ ਸਾਰਨ ਮਿਲਣੀ ਕਈ ਪੰਦੇ ਕਹਿੰਦੇ ਆ ਕਿ 6-6 ਮਹੀਨੇ 4-4 ਮਹੀਨੇ ਸਫਰ ਕਰਦੇ ਨੇ ਆਸਟ੍ਰੇਲੀਆ ਤੋਂ ਜਦੋਂ ਇੰਡੀਆ ਆਉਂਦੇ ਆ ਤੇ ਫਿਰ ਉਹ ਕੀ ਕਹਿੰਦੇ ਆ ਖਾਣ ਦਾ ਆਹਾਰ ਤਾਂ ਪ੍ਰਮਾਤਮਾ ਨੇ ਜਿਹੜਾ ਨਾ ਸਾਰਿਆਂ ਨੂੰ ਦਿੱਤਾ ਹੈ ਬਸ ਇਸ ਜਨਮ 'ਚ ਅਸੀਂ ਆ ਕੇ ਇਨਸਾਨ ਦੇ ਜਨਮ 'ਚ ਆ ਕੇ 84 ਲੱਖ ਜਨਮ ਤੋਂ ਬਾਅਦ ਜਿਹੜਾ ਇਨਸਾਨ ਦਾ ਜਨਮ ਆਉਂਦਾ ਇਹਦੇ 'ਚ ਅਸੀਂ ਕੁਝ ਵੱਖਰਾ ਕਰ ਜਾਈਏ तरीके ਚ ਰਹਿ ਕੇ ਕਰ ਜਿਗੇ ਕ ਲੈਵਲ ਚ ਰਹਿ ਕੇ ਕਾਨੂੰਨ ਚ ਰਹਿ ਕੇ ਕਰ ਜਿਗੇ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਖੂਬ ਦੇਖੋ ਜਿੱਥੇ ਸੰਗੀਤ ਦੀ ਸਮਝ ਹੈ ਉੱਥੇ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਇਹ ਵੀ ਦੱਸ ਦਿੱਤਾ ਕਿ ਤੁਹਾਨੂੰ ਜ਼ਿੰਦਗੀ ਦੀ ਵੀ ਕਾफी ਸਮਝ ਹੈ ਕਾफी ਕੁਝ ਤੁਸੀਂ ਆਪਣੀ ਜ਼ਿੰਦਗੀ ਤੋਂ ਸਿੱਖਿਆ ਆਪਣੇ ਅਨੁਭਵ ਤੋਂ ਤੁਸੀਂ ਉਹ ਗੱਲਾਂ ਦੱਸ ਰਹੇ ਹੋ ਸਾਨੂੰ ਬਹੁਤ ਚੰਗਾ ਲੱਗ ਰਿਹਾ ਸਾਨੂੰ ਤੇ ਹੁਣ ਮੈਂ ਪੁੱਛਣਾ ਚਾਹਾਂਗਾ ਕਿ ਨਿਰਮਲ ਸਿੱਧੂ ਦੀ ਜਿਹੜੀ ਰੂਹ ਦੀ ਖੁਰਾਕ ਹੈ ਸੰਗੀਤ ਹੈ ਉਹਦੇ ਵਿੱਚ ਤੁਹਾਨੂੰ ਕਿਹੜੇ ਕਲਾਕਾਰ ਦਾ ਗੀਤ ਸਭ ਤੋਂ ਵਧੀਆ ਲੱਗਦਾ ਕਬਲਜੀਤ ਜੀ ਅਸਲ ਦੇ ਵਿੱਚ ਸੰਗੀਤ ਜਦੋਂ ਉਤਪੰਨ ਹੋਇਆ ਸੀਗਾ ਤੇ ਲਿਰਿਕਸ ਨਹੀਂ ਹੈਗੇ ਸੀ ਸੰਗੀਤ ਦੇ ਵਿੱਚ ਔਰ ਅੱਜ ਵੀ ਸੰਗੀਤ ਜਿਹੜਾ ਮੁਤਾਜ ਨਹੀਂ ਹੈ ਲਿਰਿਕਸ ਦਾ ਮੁਤਾਜ ਨਹੀਂ ਹੈ ਜੀ ਸੰਗੀਤ ਦੀ ਕੋਈ ਭਾਸ਼ਾ ਹੀ ਨਹੀਂ ਹੈ ਜੀ ਸੰਗੀਤ ਦੀ ਕੋਈ ਲਿਪੀ ਨਹੀਂ ਹੈ ਸੰਗੀਤ ਦੀ ਕੋਈ ਬੋਲੀ ਨਹੀਂ ਹੈ ਸੰਗੀਤ ਤਾਂ ਆਪਣੇ ਆਪ ਚ ਇੱਕ ਬਹੁਤ ਵੱਡੀ ਭਾਸ਼ਾ ਬਹੁਤ ਵੱਡੀ ਬੋਲੀ ਤੇ ਬਹੁਤ ਵੱਡਾ ਪਿਕਚਰਾਇਜ਼ੇਸ਼ਨ ਕਰਕੇ ਦੇ ਦਿੰਦਾ ਜਿਹੜੇ ਸੁਰ ਨੂੰ ਸਮਝਦੇ ਬੰਦੇ ਨਾ ਜਦੋਂ ਕੋਈ ਤਾਨਪੁਰਾ ਇਕੱਲਾ ਹੀ ਚੱਲਦਾ ਨਾ ਇਕੱਲਾ ਤਾਨਪੁਰਾ ਉਹਦਾ ਸੁਰ ਕੋਈ ਨਹੀਂ ਹੁੰਦਾ ਤਾਨਪੁਰੇ ਦੇ ਸਿਰ ਤਿੰਨ ਚਾਰ ਸੁਰ ਹੁੰਦੇ ਆ ਸਾਗਾ ਮਾਪਾ ਬਸ ਜਦੋਂ ਉਹ ਵੱਜਦਾ ਹੈ ਤੇ ਤੁਸੀਂ ਦੁਨੀਆ ਮਤਲਬ ਉਡਾਰੀ ਲਾ ਸਕਦੇ ਹੋ ਤੁਸੀਂ ਕੋਈ ਬਾਦਸ਼ਾਹ ਨਹੀਂ ਕੋਈ ਕੁਝ ਨਹੀਂ ਹੈ ਮਤਲਬ ਮੈਂ ਹਰ ਕਲਾਕਾਰ ਨੂੰ ਜਿਹੜਾ ਸਰੀਲਾ ਲਗ ਆਉਂਦਾ ਕੋਈ ਵੀ ਹੈ ਜਿਹੜਾ ਸਰੀਲਾ ਕੋਈ ਬੱਚਾ ਵੀ ਸਰੀਲਾ ਕਰੇ ਮੈਂ ਉਹਦਾ ਵੀ ਫੈਨ ਹੋ ਜਾਂਦਾ ਹੂੰ ਸੋ ਮੈਂ ਹਰ ਤਰ੍ਹਾਂ ਦੀ ਗਾਇਕੀ ਹੈ ਕਲਾਸਿਕਲ ਤਰੁਪਤ ਤਮਾਰਗਾਇਕੀ ਵਿਲੰਬਤ ਗਾਇਕੀ ਖਿਆਲ ਗਾਇਕੀ ਤਰਨਾ ਗਾਇਕੀ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਸੁਣਿਆ ਬਹੁਤ ਦੇਰ ਮੈਨਾਂ ਚੀਜ਼ਾਂ ਨੂੰ ਸੁਣਿਆ ਲੇਕਿਨ ਅੱਜ ਵੀ ਬਹੁਤ ਸਾਰੇ ਸਿੰਗਰ ਆ ਜਿਹੜੇ ਬਹੁਤ ਅੱਛਾ ਗਾਉਂਦੇ ਨੇ ਜੇ ਉਹਨਾਂ ਦੇ ਨਾਮ ਲਈਏ ਤੇ ਮੈਨੂੰ ਲੱਗਦਾ ਵੀ ਕਈ ਦਿਨ ਲੱਗ ਜਾਣਗੇ ਚਲੋ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਤੁਹਾਡੇ ਦਿਲ ਨੂੰ ਛੂੰਦਾ ਹੋਇਆ ਕੋਈ ਤੁਹਾਡਾ ਆਪਣਾ ਗੀਤ ਜਿਹੜੇ ਇਸ ਵੇਲੇ ਸਾਡੇ ਦਰਸ਼ਕ ਸੁੰਣਾ ਚਾਹਣਗੇ ਤੁਹਾਡੀ ਆਵਾਜ਼ ਦੇ ਵਿੱਚ ਤੂੰ ਮੇਰੇ ਦਿਲ ਵਿੱਚ ਵਸਦੀ ਏ ਨਿਜਦੋ ਨਿਮਨੀ ਮ ਹਸਦੀ ਏ ਤੂੰ ਮੇਰੇ ਦਿਲ ਵਿੱਚ ਵਸਦੀ ਏ ਨਿਜਦੋ ਨਿਮਨੀ ਮ ਹਸਦੀ ਏ ਅਜ ਜਨਮ ਜਨਮ ਦਾ ਤੇਰੇ ਨਾਂ ਇਕਰਾਰ ਕਰਦਾ ਹਾਂ ਤੂੰ ਮੈਨੂੰ ਸੋਹਣੀ ਲੱਗਦੀ ਏ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਮੈਨੂੰ ਸੋਹਣੀ ਲੱਗਦੀ ਏ ਮੈਂ ਤੈਨੂੰ ਪਿਆਰ ਕਰਦਾ ਹਾਂ ਪਿਆਰ ਕਰਦਾ ਹਾਂ ਵਾਹ ਸਿੱਧੂ ਸਾਹਿਬ ਬਾਤ ਹੀ ਬਾ ਕਮਾਲ ਤੁਹਾਡੀ ਗਾਇਕੀ ਔਰ ਉਨੀ ਖੂਬਸੂਰਤ ਤੁਹਾਡੀ ਆਵਾਜ਼ ਚਾਹੇ ਮੌਸਮ ਦੀ ਵਜ੍ਹਾ ਦੇ ਨਾਲ ਥੋੜੀ ਜਿਹੀ ਗਲੇ ਚ ਖਰਾਬਸ ਜ਼ਰੂਰ ਆਈ ਲੇਕਿਨ ਸੁਰ ਜਿਹੜਾ ਨਾ ਉਹ ਉਨਾ ਹੀ ਪੱਕਾ ਸੀ ਸਿੱਧੂ ਸਾਹਿਬ ਇਸ ਵੇਲੇ ਬਹੁਤ ਸਾਰੇ ਗਾਇਕ ਕਲਾਕਾਰ ਵੀ ਜਿਹੜੇ ਨੇ ਇਸ ਇੰਟਰਵਿਊ ਨੂੰ ਦੇਖਦੇ ਹੋਣਗੇ ਮੁਲਾਕਾਤ ਨੂੰ ਦੇਖਦੇ ਹੋਣਗੇ ਜਿਹੜੇ ਹੋਰ ਨੌਜਵਾਨ ਜਿਹੜੇ ਗਾਇਕ ਨੇ ਉਹ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਉਤਾਵਲੇ ਨੇ ਤੁਸੀਂ ਇਹੋ ਜੇ ਕਲਾਕਾਰਾਂ ਨੂੰ ਆਪਣੇ ਐਕਸਪੀਰੀਅੰਸ ਦੇ ਆਧਾਰ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਮੈਂ ਸਿਰਫ ਆਰਟਿਸਟਾਂ ਨੂੰ ਹੀ ਨਹੀਂ ਮੈਂ ਹਰ ਫੀਲਡ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਆ ਰਹੇ ਨੇ ਆਉਣਾ ਚਾਹੁੰਦੇ ਨੇ ਜੀ ਉਹਨਾਂ ਨੂੰ ਇੱਕ ਟਿਪਸ ਮੈਂ ਦੇਣਾ ਚਾਹੂੰਗਾ ਰਹਿ ਦੇਣਾ ਚਾਹੂੰਗਾ ਜਿਸ ਮਰਜ਼ੀ ਫੀਲਡ ਦੇ ਵਿੱਚ ਤੁਸੀਂ ਆਓ ਜੀ ਇੱਕ ਪਰਪੱਕ ਹੋ ਕੇ ਉਸ ਫੀਲਡ ਦੇ ਵਿੱਚ ਆਓ ਤੁਹਾਡਾ ਇੱਕ ਗੁਰੂ ਤੁਹਾਡਾ ਉਸਤਾਦ ਤੁਹਾਡਾ ਮੁਰਸ਼ਿਦ ਹੋਣਾ ਚਾਹੀਦਾ ਔਰ ਮੁਰਸ਼ਿਦ ਦਾ ਮਤਲਬ ਇੱਕ ਬਹੁਤ ਵੱਡਾ ਸਰਟੀਫਿਕੇਟ ਹੁੰਦਾ ਹੈ ਇੱਕ ਬਹੁਤ ਵੱਡਾ ਹੌਸਲਾ ਹੁੰਦਾ ਹੈ ਕਿ ਬਹੁਤ ਵੱਡੀ ਪਾਵਰ ਹੁੰਦੀ ਹੈ ਜੀ ਬੈਕਅਪ ਹੁੰਦੀ ਹੈ ਤੁਹਾਨੂੰ ਉਸਤਾਦ ਦੀ ਕਿ ਮੈਂ ਉਸ ਬੰਦੇ ਤੋਂ ਸਿੱਖਿਆ ਕੌਨਫੀਡੈਂਸ ਹੁੰਦਾ ਹੈ ਸੋ ਚਾਹੇ ਸਿੰਗਿੰਗ ਚਾਉਣਾ ਹੈ ਚਾਹੇ ਤੁਸੀਂ ਇੰਜੀਨੀਅਰ ਬਣਨਾ ਚਾਹੇ ਤੁਸੀਂ ਫੋਟੋਗ੍ਰਾਫਰ ਬਣਨਾ ਕੁਝ ਵੀ ਬਣਨਾ ਹੈ ਤੁਸੀਂ ਸਿੱਖ ਕੇ ਆਓ ਔਰ ਇਮਾਨਦਾਰੀ ਨਾਲ ਆਓ ਔਰ ਰਾਤੋਂ ਰਾਤ 스타 ਬਣਦੀ ਕਦੇ ਸੋਚੋ ਨਾ ਇੰਜੋਏ ਕਰੋ ਜੀ ਟੇਸਟ ਲਓ ਮਜ਼ਾ ਲਓ ਜਿਹੜੀ ਫੀਲਡ ਚ ਆਉਨੇ ਆ ਔਰ ਇੱਕ ਦਿਨ ਅਸਲ ਆਦਮੀ ਹੁਣ ਕਹਿੰਦੇ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਰੂੜੀ ਦਾ ਵਰਕ ਕੋਈ ਨਹੀਂ ਹੈ ਜਿੱਥੇ ਪਈਏ ਉੱਥੇ ਪਈਏ ਜੀ ਉਹ ਵੀ ਉਹ ਨਹੀਂ ਜਾਂਦੀ ਹੈ ਜੇ ਅਸੀਂ ਕੰਮ ਕਰਦੇ ਹਾਂ ਤੇ ਸਾਡੀ ਲਾਜ਼ਮੀ ਸੁਣੀ ਤੇ ਬਸ ਮੈਂ ਅਖੀਰ ਦੇ ਉੱਤੇ ਵੈਬ ਟੀਵੀ ਰਾਹੀਂ ਅਜੀਤ ਵੈਬ ਟੀਬ ਇਬਰਾਹਿਮ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗਾ ਅੱਜ ਜੋ ਸਾਡੇ ਪੰਜਾਬ ਦੀ ਦੁਰਦਸ਼ਾ ਹੋਈ ਵੀ ਹੈ ਨਸ਼ਿਆਂ ਦੇ ਕਰਕੇ ਬੇਰੋਜ਼ਗਾਰੀ ਕਰਕੇ ਸੋ ਮੈਂ ਸਮਝਦਾ ਕਿ ਅਗਰ ਅਸੀਂ ਚਾਹੀਏ ਤਾਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੇ ਵਾਸਤੇ ਪ੍ਰਾਪਤੀਆਂ ਸਾਡੀ ਵੇਟ ਕਰ ਰਹੀਆਂ ਸੋ ਅਸੀਂ ਮਿਹਨਤ ਕਰੀਏ ਔਰ ਅਸੀਂ ਲੋਕਾਂ ਵੱਲ ਨਾ ਚਾਕੀਏ ਆਪਣੇ ਕੰਮ 'ਚ ਇੰਟਰਸਟ ਲਈਏ ਆਪਣੇ ਕੰਮ ਨੂੰ ਬਰੀਕੀ ਦੇ ਨਾਲ ਕਰੀਏ ਧਿਆਨ ਨਾਲ ਕਰੀਏ ਅਸੀਂ ਤਰੱਕੀਆਂ ਕਰ ਸਕਦੇ ਹਾਂ ਬਸ ਇਹੀ ਮੇਰੀ ਅੱਛਾ ਬਹੁਤ ਅੱਛੀ ਤੁਹਾਡੀ ਜਿਹੜੇ ਦਿਲ ਜਜ਼ਬਾਤ ਨੇ ਜਿਹੜੇ ਤੁਹਾਡੇ ਵਿਚਾਰ ਨੇ ਸਾਨੂੰ ਬਹੁਤ ਚੰਗੇ ਲੱਗੇ ਔਰ ਵਾਕਈ ਕਹਿੰਦੇ ਨੇ ਕਿ ਇੱਕ ਅੱਛਾ ਗਾयक ਬਨੰਦ ਲਈ ਇੱਕ ਅੱਛਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਕਿ ਕਲਾਕਾਰ ਦੇ ਲਈ ਅੱਛਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਸੀਂ ਸਾਡੇ ਦਰਮਿਆਨ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਣੇ ਵਿਚਾਰ ਸਾਂਝੇ ਕੀਤੇ ਸੋ ਮੈਂ ਤੁਹਾਡਾ ਅਜੀਤ ਵੈਬ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਸੋ ਦੋਸਤੋ ਇਹ ਸਨ ਗਾਇਕ ਕਲਾਕਾਰ ਨਿਰਮਲ ਸਿੱਧੂ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਬਾਤਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ ਪ੍ਰੋਗਰਾਮ ਕਲਾ ਤੇ ਕਲਾਕਾਰ ਦੇ ਵਿੱਚ ਫਿਰ ਕਿਸੇ ਹੋਰ ਦਿਨ ਤੁਹਾਡੀ ਮੁਲਾਕਾਤ ਕਿਸੇ ਹੋਰ ਵਰੀਆ ਸ਼ਖਸੀਅਤ ਦੇ ਨਾਲ ਗਾਇਕ ਕਲਾਕਾਰ ਦੇ ਨਾਲ ਕਰਾਵਾਂਗੇ ਤਦ ਤੱਕ ਦੇ ਲਈ ਵੇਖਦੇ ਰਹੋ ਅਜੀਰ ਦੇਬ ਟੀਵੀ